ਬਦਲਾਂ ਦਾ ਪੀਟੀਸੀ ਐਸਜੀਪੀਸੀ ਸਰਾਵਾਂ ਦਾ 24 ਲੱਖ ਰੁਪਏ ਦਾ ਦੇਣਦਾਰ ਹੈ 24 ਲੱਖ ਰੁਪਏ ਕਿਰਾਇਆ ਬਣਦਾ ਹੈ ਸਰਾਵਾਂ ਦਾ ਪੀਟੀਸੀ ਮੁਲਾਜ਼ਮਾਂ ਦੇ ਵੱਲੋਂ ਸਰਾਹ ਦੇ ਵਿੱਚ ਦੋ ਕਮਰੇ ਲਏ ਗਏ 2013 ਤੋਂ ਲੈ ਕੇ 2022 ਤੱਕ ਦਾ ਕਿਰਾਇਆ ਨਹੀਂ ਦਿੱਤਾ ਗਿਆ ਐਸਜੀਪੀਸੀ ਦੇ ਵੱਲੋਂ ਪੱਤਰ ਵੀ ਲਿਖਿਆ ਗਿਆ ਉਸ ਪੱਤਰ ਦੀ ਐਕਸਕਲੂਸਿਵ ਕਾਪੀ ਸਪੋਕਸਮੈਨ ਦੇ ਕੋਲ ਹੈ ਤੁਹਾਨੂੰ ਗ੍ਰਾਫਿਕ ਪਲੇਟ ਦੇ ਜ਼ਰੀਏ ਕੱਲੀ-ਕੱਲੀ ਗੱਲ ਸਮਝਾਉਣੀ ਆ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਰਾਇਆ ਜਿਹੜਾ ਹੈਗਾ 24 ਲੱਖ ਰੁਪਏ ਬਣਦਾ ਹੈ ਜਿਹੜਾ ਕਿ ਪੀਟੀਸੀ ਦੇ ਵੱਲੋਂ ਨਹੀਂ ਦਿੱਤਾ ਗਿਆ ਐਸਜੀਪੀਸੀ ਸਰਾਵਾਂ ਦਾ ਕਿਰਾਇਆ ਤਾਂ ਐਸਜੀਪੀਸੀ ਸਰਾਵਾਂ ਦਾ ਕਿਰਾਇਆ ਨਹੀਂ ਦਿੱਤਾ 2013 ਤੋਂ 2022 ਤੱਕ ਦਾ ਕਿਰਾਇਆ ਜਿਹੜਾ ਹੈਗਾ ਉਹ ਨਹੀਂ ਦਿੱਤਾ ਗਿਆ ਕਰੀਬ 23-24 ਲੱਖ ਰੁਪਏ ਜਿਹੜਾ ਕਿਰਾਇਆ ਬਣਦਾ ਹੈ ਸਰਾਂਵਾਂ ਦੇ ਵਿੱਚ ਦੋ ਕਮਰੇ ਲਏ ਗਏ ਮੁਲਾਜ਼ਮਾਂ ਦੇ ਵੱਲੋਂ ਮੋਜਾਂ ਮਾਣੀਆਂ ਗਈਆਂ ਐਸਜੀਪੀਸੀ ਦੇ ਵੱਲੋਂ ਵਾਰ-ਵਾਰ ਪੱਤਰ ਵੀ ਲਿਖਿਆ ਜਾ ਰਿਹਾ ਪਰ ਇਸ ਦੇ ਮੁਤਲਕ ਵੀ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਤਾਂ ਪੀਟੀਸੀ ਚੈਨਲ ਦੇ ਸਟਾਫ ਨੇ ਸਰਾਂ ਦੇ ਵਿੱਚ ਕਿਰਾਏ ਤੇ ਦੋ ਕਮਰੇ ਲਈ ਸੀ ਉਹਨਾਂ ਕਮਰਿਆਂ ਦੇ ਵਿੱਚ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮੁਹੱਈਆ ਕਰਵਾਈਆਂ ਗਈਆਂ ਤੇ ਹੁਣ ਕਰਾਇਆ ਬਕਾਇਆ ਕਿਉਂਕਿ ਜੇ ਆਪਾਂ ਪ੍ਰਤੀ ਕਮਰੇ ਦੀ ਗੱਲ ਕਰੀਏ ਤਾਂ ਸਰਾਂ ਦੇ ਪ੍ਰਤੀ ਕਮਰੇ ਦਾ ਕਿਰਾਇਆ 500 ਰੁਪਏ ਬਣਦਾ ਹੈ ਤੇ ਇਸੇ ਹਿਸਾਬ ਦੇ ਨਾਲ ਕਰੀਬ 23-24 ਲੱਖ ਰੁਪਏ ਜਿਹੜਾ ਹੈਗਾ ਕਿਰਾਇਆ ਦੱਸਿਆ ਜਾ ਰਿਹਾ ਹੈ ਪੀਟੀਸੀ ਵੱਲ ਕਿਰਾਇਆ ਬਕਾਇਆ ਹੈਗਾ ਐਸਜੀਪੀਸੀ ਦਾ ਰੋਜ਼ਾਨਾ ਸਪੋਕਸਮੈਨ ਦੇ ਕੋਲ ਐਕਸਕਲੂਸਿਵ ਕਾਪੀ ਹੈਗੀ ਆ ਪੱਤਰ ਦੀ 26 ਮਈ 2022 ਨੂੰ ਐਸਜੀਪੀਸੀ ਦੇ ਪੱਤਰ ਤੋਂ ਬਕਾਏ ਦਾ ਖੁਲਾਸਾ ਹੋਇਆ ਹੈ ਤੇ ਬਕਾਇਆ ਕਦੋਂ ਜਿਹੜਾ ਹੈਗਾ ਉਸ ਦਾ ਭੁਗਤਾਨ ਪੀਟੀਸੀ ਵੱਲੋਂ ਕੀਤਾ ਜਾਵੇਗਾ ਕਿਉਂਕਿ ਐਸਜੀਪੀਸੀ ਦੇ ਵੱਲੋਂ ਵਾਰ-ਵਾਰ ਇਸ ਸੰਬੰਧੀ ਪੱਤਰ ਲਿਖਿਆ ਗਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਹੈ ਸਰਾ ਹੈ ਜਿੱਥੇ ਪੀਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਦੋ ਕਮਰੇ ਕਿਰਾਏ ਤੇ ਲਏ ਗਏ ਸੀ ਉਸ ਕਮਰੇ ਦੇ ਵਿੱਚ ਇਹਨਾਂ ਵੱਲੋਂ ਮੋਜਾ ਮਾਣੀਆਂ ਗਈਆਂ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮੁਲਾਜ਼ਮਾਂ ਨੂੰ ਦਿੱਤੀਆਂ ਗਈਆਂ ਤੇ ਇਸ ਦੇ باوجود ਵੀ ਹੁਣ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਐਸਜੀਪੀਸੀ ਵੱਲੋਂ ਜਿਹੜਾ ਪੀਟੀਸੀ ਨੂੰ ਪੱਤਰ ਭੇਜਿਆ ਗਿਆ ਉਸ ਦੀ ਕਾਪੀ ਜਿਹੜੀ ਐ ਏਕਸਕਲੂਸਿਵ ਕਾਪੀ ਰੋਜ਼ਾਨਾ ਸਪੋਕਸਮੈਨ ਦੇ ਕੋਲ ਹੈ ਤਾਂ ਕਿਰਾਇਆ ਵਸੂਲਣ ਦੇ ਲਈ ਐਸਜੀਪੀਸੀ ਦੇ ਵੱਲੋਂ ਜਿਹੜਾ ਹੈਗਾ ਪੱਤਰ ਵੀ ਲਿਖੇ ਜਾ ਰਹੇ ਨੇ ਤਾਂ ਫਿਲਹਾਲ ਦਾਵਾ ਕੀਤਾ ਜਾ ਰਿਹਾ ਜੀ ਆਪਾਂ 81 ਦੀ ਗੱਲ ਕਰ ਲਈਏ ਤਾਂ ਸਿਆਸੀ ਗਲਿਆਰੀਆਂ 'ਚ ਚਰਚਾ ਛਿੜੀ ਹੋਈ ਹੈ ਕਿ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਚੈਨਲ ਪੀਟੀਸੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਲਈ ਤਨਾਤ ਸਟਾਫ ਵੀ ਸ਼੍ਰੋਮਣੀ ਕਮੇਟੀ ਤੇ ਬੋਝ ਬਣ ਰਿਹਾ ਹੈ ਇਹ ਪੰਥਕ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਿਹੜੇ ਦਸਤਾਵੇਜ਼ ਹੱਥ ਲੱਗੇ ਨੇ ਉਹਨਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਬਾਦਲ ਪਰਿਵਾਰ ਦੇ ਚੈਨਲ ਪੀਟੀਸੀ ਨੇ ਸ਼੍ਰੀ ਦਰਬਾਰ ਸਾਹਿਬ ਸਰਾਂ ਦੇ ਕਮਰਿਆਂ ਦੀ ਵਰਤੋਂ ਕੀਤੀ ਪਰ ਕਿਰਾਇਆ ਦੇਣਾ ਜ਼ਰੂਰੀ ਨਹੀਂ ਸਮਝਿਆ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਗੁਰਬਾਣੀ ਦੇ ਪ੍ਰਸਾਰਣ ਨੂੰ ਕਰਨ ਵਾਲੇ ਪੀਟੀਸੀ ਚੈਨਲ ਦੇ ਸਟਾਫ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸਰਾਂ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਦੋ ਕਮਰੇ ਮੁਹੱਈਆ ਕਰਵਾਏ ਗਏ ਜਿਨ੍ਹਾਂ ਦਾ ਪ੍ਰਤੀ ਕਮਰਾ ਕਿਰਾਇਆ 500 ਰੁਪਏ ਸੀ ਕਮਰਿਆਂ ਦਾ ਕਿਰਾਇਆ ਚੈਨਲ ਕੋਲੋਂ ਵਸੂਲ ਕਰਨ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਪੱਤਰ ਲਿਖ ਰਹੀ ਹੈ ਇਹ ਪੱਤਰ ਵਿਹਾਰ ਸਾਲ 222 ਦੇ 26 ਮਈ ਨੂੰ ਜਾਰੀ ਹੋਇਆ ਪਰ ਅਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਨੂੰ ਕਰਾਇਆ ਨਹੀਂ ਮਿਲਿਆ ਇਸ ਮਾਮਲੇ 'ਚ ਕੋਈ ਸੁਣਵਾਈ ਨਹੀਂ ਹੋਈ ਜਾਣਕਾਰੀ ਮੁਤਲਕ ਦੱਸ ਦਈਏ ਕਿ ਪੀਟੀਸੀ ਚੈਨਲ ਦੇ ਸਟਾਫ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਵਿੱਚੋਂ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ 'ਚ ਦੋ ਕਮਰੇ ਲਏ ਹੋਏ ਸੀ ਇਨ੍ਹਾਂ ਕਮਰਿਆਂ 'ਚ ਲੰਗਰ ਤੇ ਹੋਰ ਸਹੂਲਤਾਂ ਸ਼੍ਰੀ ਦਰਬਾਰ ਸਾਹਿਬ ਸਟਾਫ ਵੱਲੋਂ ਮੁਹੱਈਆ ਕਰਵਾਈਆਂ ਗਈਆਂ 1 ਜੂਨ 2013 ਤੋਂ 30 April 2022 ਤੱਕ PTC ਨੇ ਸ਼੍ਰੀ ਦਰਬਾਰ ਸਾਹਿਬ ਦੀ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਦੋ ਕਮਰੇ ਵਰਤੇ ਇਨ੍ਹਾਂ ਕਮਰਿਆਂ ਦਾ ਕਿਰਾਇਆ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਜਿਸ ਦਾ ਕਿਰਾਇਆ ਕਰੀਬ 24,43,500 ਰੁਪਏ ਬਣ ਗਿਆ ਵਾਰ-ਵਾਰ ਕਹਿਣ ਤੇ ਵੀ ਚੈਨਲ ਨੇ ਕਰਾਇਆ ਰਾਸ਼ੀ ਸ਼੍ਰੀ ਦਰਬਾਰ ਸਾਹਿਬ ਦੇ ਖਾਤੇ 'ਚ ਜਮਾ ਨਹੀਂ ਕਰਵਾਈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਚੈਨਲ ਨਾਲ ਲਗਾਤਾਰ ਉਹਨਾਂ ਨੂੰ ਪੱਤਰ ਲਿਖੇ ਜਾ ਰਹੇ ਨੇ ਤਾਂ ਚੈਨਲ ਨੂੰ ਪੱਤਰ ਲਿਖ ਕੇ ਰਾਸ਼ੀ ਜਮਾ ਕਰਵਾਉਣ ਦੇ ਲਈ ਕਿਹਾ ਗਿਆ ਪਰ ਹਾਲੇ ਤੱਕ ਵੀ ਇਸ ਮੁਤਲਕ ਜੜੀਆ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਤਾਂ ਕਦੋਂ ਕਿਰਾਏ ਦਾ ਭੁਗਤਾਨ ਕੀਤਾ ਜਾਵੇਗਾ ਇਸ ਸਵਾਲ ਜਿਹੜਾ ਪੰਥਕ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਤਾਂ ਐਸਜੀਪੀਸੀ ਦੇ ਵੱਲੋਂ ਜਿਹੜੇ ਆ ਬਾਰ-ਬਾਰ ਪੱਤਰ ਲਿਖੇ ਜਾ ਰਹੇ ਨੇ ਪੀਟੀਸੀ ਨੂੰ ਕਿ ਕਿਰਾਏ ਦਾ ਭੁਗਤਾਨ ਕਰ ਦਿੱਤਾ ਜਾਵੇ ਇਸ ਸੰਬੰਧੀ ਸੁਣਵਾਈ ਕਦੋਂ ਹੋਵੇਗੀ ਕਿਉਂਕਿ ਕਰੀਬ 10 ਸਾਲ ਦਾ ਕਿਰਾਇਆ ਜਿਹੜਾ ਹੈਗਾ 24 ਲੱਖ ਪਏ ਬਣਦਾ 24,45,500 ਰੁਪਏ ਕਿਰਾਇਆ ਬਣਦਾ ਹੈ ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ ਕਦੋਂ ਇਸ ਦਾ ਭੁਗਤਾਨ ਕੀਤਾ ਜਾਵੇਗਾ ਜਾਂ ਫਿਰ ਕਰਜੇ ਤੇ ਕਰਜ਼ਾ ਚੜਦਾ ਜਾਵੇਗਾ ਪੀਟੀਸੀ ਤੇ ਬਕਾਏ ਤੇ ਬਕਾਇਆ ਵਾਧਦਾ ਜਾਵੇਗਾ ਕਿਉਂਕਿ ਇਹ ਤਾਂ ਫਿਲਹਾਲ 222 ਤੱਕ ਦਾ ਕਿਰਾਇਆ ਦੱਸਿਆ ਜਾ ਰਿਹਾ ਹੈ ਇਸ ਤੋਂ ਅੱਗੇ ਵੀ ਜਿਹੜੇ ਸਾਲ ਪੈ ਰਹੇ ਨੇ ਉਹ ਵੀ ਜਮਾ ਜੇ ਕਰ ਲਈਏ ਤਾਂ ਦੁਗਣੇ ਤੋਂ ਤਿਗਣਾ ਕਰਾਇਆ ਪੀਟੀਸੀ ਨੂੰ ਭਰਨਾ ਪਏਗਾ ਐਸਜੀਪੀਸੀ ਵੱਲੋਂ ਜਿਹੜੀ ਸਰਾਹ ਕਿਰਾਏ ਤੇ ਲਈ ਗਈ ਸੀ ਸਰਾਹ ਦੇ ਦੋ ਕਮਰੇ ਕਿਰਾਏ ਤੇ ਲਈ ਗਏ ਸੀਗੇ ਫਿਲਹਾਲ ਨਜ਼ਰ ਇਸ ਤੇ ਬਣੀ ਹੋਈ ਐ ਪੰਥਕ ਗਲਿਆਰਿਆਂ 'ਚ ਚਰਚਾ ਛਿੜੀ ਹੋਈ ਐ ਸਵਾਲ ਲਗਾਤਾਰ ਕਾਇਮ ਐ ਤੇ ਪੰਥਕ ਗਲਿਆਰੀ ਕੋਈ ਗੱਲ ਕਹਿ ਰਹੇ ਨੇ ਕਿ ਪੀਟੀਸੀ ਇਸ ਦਾ ਜਵਾਬ ਦੇਵੇ ਕਿ ਐਸਜੀਪੀਸੀ ਦੀ ਸਰਾਂ ਦੇ ਵਿੱਚ ਜਿਹੜੇ ਦੋ ਕਮਰੇ ਕਿਰਾਏ ਤੇ ਲਏ ਗਏ ਸੀ ਸ਼੍ਰੀ ਗੁਰੂ ਅਰਜਨ ਦੇਵ ਸਰਾਂ ਦੇ ਵਿੱਚ ਦੋ ਕਮਰੇ ਕਿਰਾਏ ਤੇ ਲਏ ਗਏ ਸੀ ਉਹਨਾਂ ਕਮਰਿਆਂ ਦੇ ਕਿਰਾਏ ਦਾ ਭੁਗਤਾਨ ਕਦੋਂ ਕੀਤਾ ਜਾਵੇਗਾ ਜਿਸ ਦਾ ਬਕਾਇਆ 24 ਲੱਖ ਰੁਪਏ ਦੇ ਕਰੀਬ ਬਣਦਾ ਹੈ 24 ਲੱਖ 45000 500 ਰੁਪਏ ਕਿਰਾਇਆ ਬਣਦਾ ਹੈ ਪ੍ਰਤੀ ਮਹੀਨਾ 500 ਰੁਪਏ ਹੈ ਤਾਂ ਉਸ ਦਾ ਭੁਗਤਾਨ ਕਦੋਂ ਕੀਤਾ ਜਾਏਗਾ ਇਸ ਦਾ ਜਵਾਬ ਅਜ ਹਰ ਕੋਈ ਮੰਗ ਰਿਹਾ ਕਿਉਂਕਿ ਐਸਜੀਪੀਸੀ ਦੇ ਵੱਲੋਂ ਲਗਾਤਾਰ ਪੱਤਰ ਲਿਖੇ ਜਾ ਰਹੇ ਨੇ ਤਸ ਪੱਤਰ ਦੇ ਦੀ ਐਕਸਕਲੂਸਿਵ ਕਾਪੀ ਰੋਜ਼ਾਨਾ ਸਪੋਕਸਮੈਨ ਦੇ ਕੋਲ ਹੈਗੀ ਆ ਜਿਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਕਿ ਪੀਟੀਸੀ ਐਸਜੀਪੀਸੀ ਸਰਾਵਾਂ ਦਾ 24 ਲੱਖ ਰੁਪਏ ਦਾ ਦੇਣਦਾਰ ਹੈ